ਹੁਣ ਗੁਰਮੁਖ ਪਿਆਰਿਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਮਾਰਗਦਰਸ਼ਨ ਕਰਦੇ ਹੋਏ ਦੱਸਦੇ ਨੇ, ਕਹਿੰਦੇ ਜਿਸ ਮਾਲਕ ਨੇ ਇਹ ਮੌਕਾ ਦਿੱਤਾ ਹੈ ਆਪਾਂ ਨੂੰ 84 ਲੱਖ ਜੂਨ ਦੇ ਵਿੱਚੋਂ ਮਨੁੱਖਾਂ ਦੇ ਹੀ ਦਿੱਤੀ, ਇਹਦੇ ਵਿੱਚ ਸੱਚੀ ਸਰਕਾਰ ਦਾ, ਸੱਚੀ ਟਕਸਾਲ ਦਾ, ਦਮਦਮੀ ਟਕਸਾਲ ਦਾ ਅਤੇ ਸੰਗਤ ਰੂਪੀ ਟਕਸਾਲ ਦਾ ਭੇਦ ਲੈਣਾ। ਭੇਦ ਲੈ ਕੇ ਤੁਸੀਂ ਇਹ ਜਿਹੜੀ ਰੁੱਤ ਹੈ ਇਹਨੂੰ ਸੰਭਾਲਣਾ ਹੈ, ਇਹਨੂੰ ਸੰਭਾਲਣਾ ਹੈ। ਰੁੱਤ ਕਿਹੜੀ ਹੈ? ਮਨੁੱਖਾ ਦੇਹੀ। ਰੁੱਤ ਕਿਹੜੀ ਹੈ ਜੀ? ਮਨੁੱਖਾ ਦੇਹੀ। 84 ਲੱਖ ਜੂਨ ਦੇ ਵਿੱਚੋਂ ਇਹ ਸਭ ਤੋਂ ਵਧੀਆ ਰੁੱਤ ਹੈ। ਇਹ ਪਿੱਛੇ ਆਪਾਂ ਵਧੀਆ ਕਰਮ ਕੀਤੇ, ਮਾਲਕ ਦਾ ਸਿਮਰਨ ਕੀਤਾ, ਪੂਰਵ ਜਨਮ ਪ੍ਰਚੂਨ ਕਮਾਏ ਹਰ 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 ਨਾਮ ਪਿਆਰੇ। ਪ੍ਰਚੂਨ ਕਹਿੰਦੇ ਨੇ ਥੋੜ੍ਹਾ 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 ਪ੍ਰਚੂਨ ਰੂਪ ਵਿੱਚ ਆਪਾਂ ਸਿਮਰਨ ਬੰਦਗੀ ਕਰਦੇ ਰਹੇ, ਮਾਲਕ ਨੂੰ ਯਾਦ ਕਰਦੇ ਰਹੇ ਅਤੇ ਪੂੰਜੀ ਕੁਛ ਇਕੱਠੀ ਹੋਈ ਅਤੇ ਸਾਨੂੰ ਸੋਹਣੀ ਰੁੱਤ ਮਿਲੀ ਮਨੁੱਖ ਜਾਮਾ। ਅਤੇ ਕੀ ਕਹਿੰਦੇ, ਇਸ ਰੁੱਤ ਦੇ ਵਿੱਚ, ਮਨੁੱਖ ਜਾਮੇ ਦੇ ਵਿੱਚ ਅਸੀਂ ਆਪਣੇ ਮਨ ਨੂੰ ਸੁੱਕੇ ਹੋਏ ਨੂੰ ਹਰਿਆ ਕਰਨਾ, ਮਨ ਨੂੰ ਸੁੱਕੇ ਹੋਏ ਨੂੰ ਹਰਿਆ ਕਰਨਾ। ਅਤੇ ਜਿਹੜੇ ਮਨਮੁੱਖ ਨੇ ਉਹਨਾਂ ਬਾਰੇ ਵੀ ਗੁਰਬਾਣੀ 'ਚ ਲਿਖਿਆ, ਮਨਮੁੱਖ ਸੁੱਕੇ ਉੱਭ ਗਏ, ਸੁੱਕ ਗਏ, ਨਾ ਫਲ ਅਤੇ ਨਾ ਛਾਉਂ, ਤਿੰਨਾਂ ਪਾਸ ਨਾ ਬੈਸੀਏ, ਉਹਨਾਂ ਘਰ ਨਾ ਗਰਾਉਂ। ਜੇ ਉਹਨਾਂ ਕੋਲ ਨਹੀਂ ਬੈਠਣਾ, ਉਹਨਾਂ ਦਾ ਘਰ ਨਹੀਂ ਹੁੰਦਾ, ਹੈ ਨਾ, ਅਤੇ ਪਿੰਡ ਨਹੀਂ ਹੁੰਦਾ। ਉਹ ਮੰਗਤੇ ਹੁੰਦੇ ਨੇ ਫੁੱਟਪਾਥ 'ਤੇ, ਮੰਗਦੇ ਉੱਥੇ ਹੀ, ਖਾਂਦੇ ਉੱਥੇ ਹੀ, ਸੌਂ ਜਾਂਦੇ। ਪਰ ਆਪਣਾ ਤਾਂ ਘਰ ਹੈਗਾ, ਗੁਰਮੁਖਾਂ ਦਾ ਘਰ ਹੈਗਾ, ਥਿਰ ਘਰ ਨਿੱਜ ਮਹਿਲ, ਨਿੱਜ ਘਰ ਮਹਿਲ ਪਾਓ ਸੁੱਖ ਸਹੀਦੇ, ਹੈ ਨਾ, ਉਹ ਘਰ ਹੈਗਾ ਸਾਡਾ, ਸੱਚਖੰਡ ਦਰਗਾਹ ਪ੍ਰਲੋਕ, ਅਸੀਂ ਉੱਥੇ ਜਾਣਾ। ਹੁਣ ਕੀ ਕਹਿੰਦੇ ਮਹਾਰਾਜ ਪੰਜਵੇਂ ਪਾਤਸ਼ਾਹ ਜੀ? ਕਹਿੰਦੇ ਹਰ ਕਾ ਨਾਮ ਧਿਆਇਕ ਹੈ ਹੋ ਹੋ ਹਰਿਆ ਭਾਈ। ਕਹਿੰਦੇ ਹਰੀ ਦਾ ਨਾਮ ਧਿਆ ਕੇ ਨਾ ਹਰਿਆ ਹੋ ਜਾ, ਸੁੱਕਿਆ ਹੋਇਆ ਹਰਿਆ ਹੋ ਜਾ। ਫਿਰ ਅੱਗੇ ਕੀ ਕਹਿੰਦੇ, ਕਰਮ ਲਿਖੰਤੇ ਪਾਈਏ ਇਹ ਰੁੱਤ ਸੁਹਾਈ, ਇਹ ਰੁੱਤ ਸੁਹਾਈ। ਫਿਰ ਅੱਗੇ ਕੀ ਕਹਿੰਦੇ, ਵਨ ਤ੍ਰਹਿਣ ਤ੍ਰਿਭਵਨ ਮੌਲਿਆ ਅੰਮ੍ਰਿਤ ਫਲ ਪਾਈ। ਕਹਿੰਦੇ ਇਸ ਰੁੱਤ ਦੇ ਵਿੱਚ ਹੀ ਤੁਸੀਂ ਅੰਮ੍ਰਿਤਮਈ ਫਲ ਪਾ ਸਕਦੇ ਜੀ। ਫਿਰ ਅੱਗੇ ਕੀ ਕਹਿੰਦੇ, ਕਹਿੰਦੇ ਜੋ ਮੈਲ ਲੱਗੀ ਹੈ, ਸ਼ਾਹੀ ਲੱਗੀ ਹੈ, ਇਹ ਲੱਥ ਜਾਏਗੀ। ਕਿਹਨੂੰ ਮਿਲ ਕੇ? ਸਾਧੂ ਨੂੰ ਮਿਲ ਕੇ। ਕਿਹਨੂੰ ਮਿਲ ਕੇ ਜੀ? ਸਾਧੂ ਨੂੰ ਮਿਲ ਕੇ। ਕਹਿੰਦੇ ਮਿਲ ਸਾਧੂ ਸੁੱਖ ਉਪਜੇ ਲੱਥੀ ਸਭ ਸ਼ਾਹੀ। ਫਿਰ ਅੱਗੇ ਕਹਿੰਦੇ ਨਾਨਕ ਸਿਮਰੈ ਏਕ ਨਾਮ ਫਿਰ ਬਹੁੜ ਨਾ ਧਾਈ। ਕਹਿੰਦੇ ਇੱਕ ਨਾਮ ਨੂੰ ਸਿਮਰੋ, ਮਾਲਕ ਨੂੰ ਸਿਮਰੋ, ਦੁਬਾਰਾ ਨਹੀਂ ਆਉਣਾ ਪਏਗਾ ਸਰੀਰ 'ਚ, ਦੁਬਾਰਾ ਮੁੜ ਕੇ ਜੂਨਾਂ 'ਚ ਨਹੀਂ ਆਉਣਾ ਪਏਗਾ। ਫਿਰ ਜਿਨ੍ਹਾਂ ਨਾਲ ਖੇਡ ਚੱਲਦਾ, ਜਿਨ੍ਹਾਂ ਨਾਲ ਆਪਣੇ ਮਨ ਦਾ ਖੇਡ ਚੱਲਦਾ, ਉਹ ਕੌਣ ਨੇ? ਕਾਮ ਕ੍ਰੋਧ ਲੋਭ ਅਹੰਕਾਰ, ਕਾਲ ਦੇ ਦੂਤ। ਪਹਿਲਾਂ ਜਦੋਂ ਸ਼ਬਦ ਪ੍ਰਗਟ ਹੁੰਦੇ ਨੇ, ਅਤੇ ਜਦੋਂ ਪੰਜ ਸ਼ਬਦ ਪ੍ਰਗਟ ਹੁੰਦੇ ਨੇ, ਇਹ ਪੰਜੇ ਜਣੇ ਬੱਸ ਵਿੱਚ ਆਉਂਦੇ ਨੇ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੇ, ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿੱਤ ਕਰ ਧਾਰੀਆ, ਪੰਜ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਇਹ ਬੱਸ 'ਚ ਆ ਗਏ। ਫਿਰ ਜਦੋਂ ਆਪਾਂ ਨਾਮ ਦੇ ਵਿੱਚ ਸਮਾਉਂਦੇ ਹਾਂ, ਮਾਲ ਨਾਮ ਨਾਲ ਪਿਆਰ ਪੈਂਦਾ ਹੈ, ਫਿਰ ਇਹਨਾਂ ਨੂੰ ਗੁਰਬਾਣੀ ਵਿੱਚ ਯੋਧੇ ਕਿਹਾ ਗਿਆ ਹੈ, ਸਰਦਾਰ ਕਿਹਾ ਗਿਆ, ਤਕੜੇ ਨੇ, ਮਹਾਂਬਲੀ ਕਿਹਾ ਗਿਆ। ਇਹ ਸਾਰੀ ਦੁਨੀਆ 'ਤੇ ਰਾਜ ਕਰਦੇ ਨੇ, ਧੱਕਾ ਕਰਦੇ ਨੇ, ਸਾਰਿਆਂ ਮਨਾਂ ਨਾਲ ਧੱਕਾ ਕਰਦੇ ਨੇ। ਜਿਵੇਂ ਬਦਮਾਸ਼ ਲੋਕ ਕਿਸੇ ਮੁਹੱਲੇ ਦੇ ਵਿੱਚ ਉਹ ਧੱਕੇ ਨਾਲ ਵਸੂਲੀ ਲੈਂਦੇ ਨੇ, ਧੱਕੇ ਨਾਲ ਵਸੂਲੀ ਲੈਂਦੇ ਨੇ, ਇਸੇ ਤਰ੍ਹਾਂ ਇਹ ਵੀ ਧੱਕਾ ਹੀ ਕਰਦੇ ਨੇ, ਵਸੂਲੀ ਲੈਂਦੇ ਨੇ। ਕੀ ਕਹਿੰਦੇ ਮਹਾਰਾਜ ਗੁਰਬਾਣੀ ਵਿੱਚ? ਕਹਿੰਦੇ ਸਗਲ ਜਗਤ ਕੇ ਪੰਜ ਸਿੱਖਦਾਰ, ਰਾਮ ਭਗਤ ਕੇ ਪਾਣੀ ਹਾਰ, ਜਗਤ ਪਾਸਤੇ ਲੇਤੇ ਦਾਨ, ਗੋਬਿੰਦ ਭਗਤ ਕੋ ਕਰੇ ਸਲਾਮ। ਤੁਸੀਂ ਗੋਬਿੰਦ ਦੇ ਭਗਤ ਜੇ, ਤੁਸੀਂ ਮਾਲਕ ਦਾ ਸਿਮਰਨ ਕਰਦੇ ਜੇ, ਤੁਹਾਨੂੰ ਇਹ ਸਲਾਮਾਂ ਕਰਨਗੇ, ਸਲਾਮਾਂ ਕਰਨਗੇ। ਮਨਮੁੱਖਾਂ ਦੇ ਰਾਹੀਂ ਜਦੋਂ ਮਨਮੁੱਖ ਜਿਹੜੇ ਹੁੰਦੇ ਨਾ, ਉਹਨਾਂ ਦੇ ਕੋਲੋਂ ਜਦੋਂ ਤੁਸੀਂ ਲੰਘੋਗੇ, ਉਹ ਕਰਨਗੇ
ਹੋਰ ਠੀਕ ਠਾਕ ਜੀ ਸਲਾਮ ਕਰਨਗੇ ਉਹਨਾਂ ਦੇ ਵਿੱਚ ਸਾਰਿਆਂ ਦੇ ਵਿੱਚ ਨਾ ਇਹ ਸਲਾਮ ਕਰਨਗੇ। ਫਿਰ ਅੱਗੇ ਕੀ ਕਹਿੰਦੇ, ਕਹਿੰਦੇ ਜਦੋਂ ਤੁਸੀਂ ਸੱਚ ਦੇ ਰਸਤੇ 'ਤੇ ਚੱਲੋਗੇ, ਨਾਮ ਵਿੱਚ ਸਮਾ ਕੇ ਸੱਚ ਨੂੰ ਮਿਲੋਗੇ, ਇਹ ਪੰਜੇ ਜਾਣੇ ਤੁਸੀਂ ਇਹਨਾਂ ਨੂੰ ਬੰਨ ਲਉਂਗੇ, ਇਹਨਾਂ ਮਹਾਂਬਲੀਆਂ ਨੂੰ ਬੰਨ ਲਉਂਗੇ। ਅਤੇ ਕਿਉਂ? ਕਿਉਂਕਿ ਮਾਲਕ ਸ਼ਬਦ ਦੇ ਰੂਪ ਵਿੱਚ ਆਪ ਵਿੱਚ ਆ ਜਾਂਦਾ ਹੈ ਸਾਡੀ ਸਪੋਰਟ ਦੇ ਮਦਦ 'ਤੇ, ਫਿਰ ਮਾਲਕ ਆਉਂਦਾ। ਅਤੇ ਕੀ ਕਹਿੰਦੇ ਮਹਾਰਾਜ ਗੁਰਬਾਣੀ ਵਿੱਚ? ਕਹਿੰਦੇ ਪੰਜੇ ਬੱਧੇ ਮਹਾਂਬਲੀ ਕਰ ਸੱਚਾ ਢੋਆ, ਆਪਣੇ ਚਰਨ ਜਪਾਇਨ ਵਿੱਚ ਦਿਓ ਖਲੋਇਆ ਖੜੋਆ, ਰੋਗ ਸੋਗ ਸਭ ਮਿਟ ਗਏ ਨਿਤ ਨਵਾਂ ਨਰੋਆ, ਫਿਰ ਦਿਨ ਰਹਿਣ ਨਾਮ ਧਿਆਈ ਦਾ ਫਿਰ ਪਾਏ ਨਾ ਮੋਆ। ਕਹਿੰਦੇ ਦੁਬਾਰਾ ਨਹੀਂ ਮਰਾਂਗੇ, ਸਦਾ ਲਈ ਜੀਵਤ ਹੋ ਜਾਂਗੇ। ਮਹਾਰਾਜ ਕਹਿੰਦੇ ਜੀਵਤ ਮਰੇ ਮਰੇ ਫੁਨ ਜੀਵੇ ਐਸੇ ਸੁਨ ਸਮਾਇਆ, ਕਹਿੰਦੇ ਇਸ ਹਿਸਾਬ ਨਾਲ ਤੁਸੀਂ ਜਿਉਂਦੇ ਜੀ ਮਰਨਾ ਸਿੱਖ ਜਾਓਗੇ। ਫਿਰ ਅੱਗੇ ਕੀ ਕਹਿੰਦੇ? ਕਹਿੰਦੇ ਜਿਸ 'ਤੇ ਉਪਜਿਆ ਨਾਨਕਾ ਸੋਈ ਫਿਰ ਹੋਆ, ਕਹਿੰਦੇ ਜਿਹਦੇ ਤੋਂ ਤੁਸੀਂ ਪੈਦਾ ਹੋਏ ਸੀ ਉਹਦੇ ਵਿੱਚ ਸਮਾ ਕੇ ਉਹਦੇ ਵਰਗੇ ਹੋ ਜਾਓਗੇ। ਉਹਦੇ ਵਿੱਚ ਜਦੋਂ ਨਾਮ ਵਿੱਚ ਸਮਾ ਕੇ ਉਹਦੇ 'ਚ ਸਮਾ ਕੇ ਫਿਰ ਤੁਸੀਂ ਜਿਹਦੇ ਤੋਂ ਪੈਦਾ ਹੋਏ ਸੀ ਉਹਦੇ ਵਰਗੇ। ਹਰ ਜਨ ਹਰ ਹਰ ਹੋਇਆ, ਹਰ ਹਰ ਜਨ ਦੋਏ ਏਕ ਹੈ, ਹਰ ਜਨ ਹਰ ਅੰਤਰ ਨਾਹੀ ਨਾਨਕ ਸਾਚੀ ਮਾਨ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਫਿਰ ਅੰਤਰ ਮਿਟੇਗਾ ਜਦੋਂ ਤੁਸੀਂ ਉਹਦੇ ਵਰਗੇ ਹੋ ਜਾਓਗੇ। ਅਤੇ ਉਹਦੇ ਵਰਗੇ ਕਦੋਂ ਹੋਵੋਗੇ? ਜਦੋਂ ਉਹਦੇ ਉਹਨੂੰ ਦੇਖੋਗੇ, ਉਹਨੂੰ ਸੁਣੋਗੇ ਅਤੇ ਉਹਨੂੰ ਦੇਖੋਗੇ। ਅਤੇ ਜਦੋਂ ਤੁਸੀਂ ਉਹਨੂੰ ਸੁਣ ਲਿਆ ਅਤੇ ਦੇਖ ਲਿਆ, ਫਿਰ ਤੁਸੀਂ ਦੁਬਾਰਾ ਜੂਨ 'ਚ ਨਹੀਂ ਆਓਗੇ, ਦੁਬਾਰਾ ਮਰੋਗੇ ਨਹੀਂ, ਮੋਏ ਨਹੀਂ ਹੋਵੋਗੇ। ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਗੁਰੂ ਨਾਨਕ ਜਿਨ ਕਿਹਨੂੰ? ਮਾਲਕ ਨੂੰ ਸੁਣਿਆ, ਅਨਹਦ ਸ਼ਬਦ ਸੁਣਿਆ, ਅਤੇ ਜਿਨ੍ਹਾਂ ਨੇ ਉਹਨੂੰ ਵੇਖਿਆ ਸੇ ਫਿਰ ਗਰਬਾਸ ਨਾ ਭਰਿਆ। ਕਹਿੰਦੇ ਉਹ ਗਰਭ ਦੇ ਵਿੱਚ ਨਹੀਂ ਆਏਗਾ, ਉਹ ਮਨ ਸਦੀਵੀ ਅਮਰ ਹੋ ਜਾਏਗਾ। ਫਿਰ ਅੱਗੇ ਕੀ ਕਹਿੰਦੇ? ਕਹਿੰਦੇ ਕਿੱਥੋਂ ਜਿਸ 'ਤੇ ਉਪਜਿਆ ਨਾਨਕਾ ਸੋਈ ਫਿਰ ਹੋਆ, ਕਿੱਥੋਂ ਉਪਜੇ ਕਰ ਰਹੇ ਕਹਿ ਮਾਹੇ ਸਮਾਏ, ਜੀ ਜੰਤ ਸਭ ਖਸਮ ਕੇ ਕੌਣ ਕੀਮਤ ਪਾਏ, ਕਹਿਣ ਧਿਆਨ ਸੁਣਨ ਨਿਤ ਸੇ ਭਗਤ ਸੁਹਾਵੈ। ਅੱਗੇ ਹੁਣ ਇੱਥੇ ਕਲੀਅਰ ਕਰਦੇ ਜੇ ਧਿਆਨ ਦਿਆ ਜੇ, ਕਹਿੰਦੇ ਅਗਮ ਅਗੋਚਰ ਸਾਹਿਬੋ ਦੂਸਰ ਲਵੇ ਨਾ ਲਾਵੇ। ਅਗਮ ਅਗੋਚਰ ਸਾਹਿਬੋ, ਇਹ ਮਾਲਕ ਨੂੰ ਕਿਹਾ ਗਿਆ, ਇਹਦੇ ਤੋਂ ਬਿਨਾਂ ਜਿਹੜਾ ਦੂਸਰ ਹੈ ਉਹਨੂੰ ਨੇੜੇ ਨਾ ਲਾਓ। ਅਤੇ ਦੂਸਰ ਕੀ ਹੈ? ਮੂਰਤੀ ਪੂਜਾ, ਸਰੀਰ ਦੀ ਪੂਜਾ, ਫੋਟੋ ਦੀ ਪੂਜਾ, ਇਹ ਕੀ ਹੈ ਜੀ? ਦੂਸਰ। ਇਹ ਹੈ ਕਾਲ ਦੀ ਪੂਜਾ। ਕਿਹਦੀ ਪੂਜਾ ਜੀ? ਕਾਲ ਦੀ ਪੂਜਾ। ਅਸੀਂ ਕਾਲ ਦੀ ਪੂਜਾ ਨਹੀਂ ਕਰਨੀ, ਅਸੀਂ ਕਾਲ ਦੀ ਪੂਜਾ ਨਹੀਂ ਕਰਨੀ, ਅਸੀਂ ਨਿਰੰਕਾਰ ਦੀ ਪੂਜਾ ਕਰਨੀ। ਕਿਉਂਕਿ ਅਸੀਂ ਖੁਦ ਨਿਰਾਕਾਰ ਹਾਂ, ਅਸੀਂ ਖੁਦ, ਕਿਉਂਕਿ ਸਾਡਾ ਕੋਈ ਰੂਪ ਰੰਗ ਸਾਡੇ ਮਨ ਦਾ ਨਹੀਂ ਹੈ, ਮਨ ਸਾਡਾ ਸ਼ੀਸ਼ਾ ਹੈ। ਇਹ ਮਨ ਆਰਸੀ ਕੋਈ ਗੁਰਮੁਖ ਵਿਖੇ, ਉਹ ਸ਼ੀਸ਼ਾ ਜਿਹੜਾ ਸੀ ਮਨ, ਉਹਦੇ 'ਤੇ ਪੈ ਗਈ ਡਸਟ। ਕੀ ਪੈ ਗਈ ਜੀ? ਵਿਚਾਰਾਂ ਦੀ ਡਸਟ, ਗਰਦ ਪੈ ਗਈ, ਘੱਟਾ ਪੈ ਗਿਆ। ਅਸੀਂ ਆਪਦੇ ਆਪ ਨੂੰ ਨਹੀਂ ਪਛਾਣਿਆ, ਕਿਉਂਕਿ ਡਸਟ ਪਈ ਹੋਈ ਹੈ ਵਿਚਾਰਾਂ ਦੀ। ਫੁਰਨਿਆਂ 'ਚੋਂ ਟਾਈਮ ਹੀ ਨਹੀਂ ਮਿਲਦਾ, ਲੜੀ ਨਾਲ ਲੜੀ ਪੈਣ ਲੱਗਿਆਂ ਵੀ ਲੜੀ ਨਾਲ ਲੜੀ ਜੁੜਦੀ ਰਹਿੰਦੀ ਹੈ, ਵਿਚਾਰ 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 ਵਿਚਾਰ, ਹੈ ਨਹੀਂ, ਉਹ ਡਸਟ ਚੜ੍ਹੀ ਜਾਂਦੀ ਹੈ। ਮਨ ਆਪਣੇ ਆਪ ਨੂੰ ਪਛਾਣਦਾ ਹੀ ਨਹੀਂ ਕਿ ਮੈਂ ਇੱਕ ਸ਼ੀਸ਼ਾ ਵਾਂ, ਮੈਂ ਇੱਕ। ਹੁਣ ਡਸਟ ਗਈ ਚੜ੍ਹ, ਅਤੇ ਫਿਰ ਉਹਨੂੰ ਕਹਿੰਦੇ ਕੀ ਕਰਦੇ ਹਾਂ? ਆਪਾਂ ਸਾਫ਼ ਕਰਦੇ ਹਾਂ, ਕੋਈ ਕੱਪੜਾ ਲੈਂਦੇ ਹਾਂ, ਸਾਫ਼ ਕਰ ਲੈਂਦੇ ਹਾਂ। ਫਿਰ ਹੋਰ ਵੀ ਸਾਧਨ, ਕਈ ਵਾਰੀ ਕੱਪੜੇ ਨਾਲ ਨਹੀਂ ਚੰਗੀ ਤਰ੍ਹਾਂ ਚਮਕਦਾ, ਫਿਰ ਇੱਕ ਅਖਬਾਰ ਲੈ ਲੈਂਦੇ ਹਾਂ, ਫਿਰ ਅਖਬਾਰ ਨਾਲ ਜ਼ਿਆਦਾ ਐਂ ਮਾਰਦੇ ਹਾਂ, ਐਨ ਸ਼ੀਸ਼ਾ ਚਮਕਦਾ ਹੈ। ਹੁਣ ਕੱਪੜੇ ਨਾਲ ਜਦੋਂ ਆਪਾਂ ਸਾਫ਼ ਕਰਦੇ ਹਾਂ, ਥੋੜ੍ਹਾ ਬਹੁਤ ਸਾਫ਼ ਹੁੰਦਾ, ਲੇਕਿਨ ਡਸਟ ਫਿਰ ਵੀ ਰਹਿ ਜਾਂਦੀ ਹੈ। ਅਤੇ ਪੂਰੀ ਡਸਟ ਫਿਰ ਉਦੋਂ ਉਤਰਦੀ ਹੈ ਜਦੋਂ ਨਾਮ ਦੇ ਵਿੱਚ ਸਮਾ ਕੇ ਮਨ ਸ਼ੀਸ਼ਾ, ਮਾਲਕ ਸ਼ੀਸ਼ਾ, ਉਹਦੇ ਵਿੱਚ ਸਮਾ ਜਾਂਦਾ ਹੈ।
ਅਨਹਦ ਪ੍ਰਕਾਸ਼ ਵਿੱਚ ਸਮਾ ਜਾਂਦਾ ਹੈ। ਫਿਰ ਕੀ ਕਹਿੰਦੇ, ਕਹਿੰਦੇ ਸੱਚ ਅਗਮ ਅਗੋਚਰ ਸਾਹਿਬੋ ਦੂਸਰ ਲਵੇ ਨਾ ਲਾਵੈ, ਸੱਚ ਪੂਰੇ ਗੁਰ ਉਪਦੇਸ਼ਿਆ ਨਾਨਕ ਸੁਣਾਵੈ। ਗੁਰੂ ਜਿਹੜਾ ਪੂਰਾ ਹੁੰਦਾ ਹੈ ਉਹ ਤੁਹਾਨੂੰ ਅਧੂਰਾ ਨਹੀਂ ਰੱਖੇਗਾ, ਤੁਹਾਨੂੰ ਵੀ ਪੂਰਾ ਹੀ ਕਰ ਦੇਗਾ। ਅਤੇ ਜਿਨ੍ਹਾਂ ਦਾ ਗੁਰੂ ਅਧੂਰਾ ਹੈ ਉਹ ਸੰਗਤ ਨੂੰ ਵੀ ਆਪਣੀ ਨੂੰ ਅਧੂਰਾ ਹੀ ਰੱਖੇਗਾ। ਜਿਨ੍ਹਾਂ ਦਾ ਗੁਰੂ ਅੰਡਲਾ ਹੈ, ਅੰਨਾ ਹੈ, ਉਹਦੀ ਸੰਗਤ, ਉਹ ਆਪਣੀ ਸੰਗਤ ਨੂੰ ਵੀ ਅੰਨਾ ਹੀ ਰੱਖੇਗਾ। ਜਿਹੜਾ ਗੁਰੂ ਸਜਾਖਾ ਹੈ ਉਹ ਆਪਣੀ ਸੰਗਤ ਨੂੰ ਵੀ ਸਜਾਖਿਆ ਕਰ ਦੇਗਾ। ਫਿਰ ਉਹ ਅੱਖਾਂ ਖੋਲੀਆਂ 'ਤੇ ਵੀ ਦੇਖਦਾ ਅਤੇ ਅੱਖਾਂ ਬੰਦ ਕੀਤੀਆਂ 'ਤੇ ਵੀ ਦੇਖਦਾ। ਤੁਹਾਡੇ ਵਿੱਚੋਂ ਜਿਹੜੇ ਗੁਰਮੁਖ ਅਭਿਆਸ ਕਰਦੇ ਨੇ, ਮਨ ਮੰਨਿਆ ਹੋਇਆ ਅਤੇ ਸਹੀ ਸਹੀ ਹੈ, ਤੁਹਾਡੇ ਵਿੱਚੋਂ ਪੁੱਛ ਲਓ, ਉਹ ਅੱਖਾਂ ਖੋਲੀਆਂ 'ਤੇ ਵੀ ਦਰਸ਼ਨ ਕਰਦੇ ਅਤੇ ਅੱਖਾਂ ਬੰਦ ਕੀਤੀਆਂ 'ਤੇ ਵੀ ਕਰਦੇ, ਅਤੇ ਅੰਮ੍ਰਿਤ ਫਲ ਵੀ ਲੈ ਰਹੇ ਆ, ਅੰਮ੍ਰਿਤ ਰਸ ਵੀ ਪੀ ਰਹੇ ਆ, ਅਤੇ ਅਨਹਦ ਵਾਜੇ ਵੀ ਸੁਣ ਰਹੇ ਆ, ਅਨਹਦ ਵਾਜੇ ਵੀ ਸੁਣਦੇ ਆ, ਖੁਸ਼ਬੂਆਂ ਵੀ ਆ ਰਹੀਆਂ, ਮਹਿਕ ਵੀ ਆ ਰਹੀ ਆ, ਅਤੇ ਪ੍ਰਕਾਸ਼ ਦੇ ਦਰਸ਼ਨ ਵੀ ਹੁੰਦੇ ਆ। ਅਤੇ ਇੱਕ ਪ੍ਰਕਾਸ਼ ਹੋਰ, ਮਾਲਕ ਪ੍ਰਕਾਸ਼ ਐਨ ਜਿਵੇਂ ਰੋਸ਼ਨਦਾਨ ਵਿੱਚੋਂ ਚਮਕ ਆ ਰਹੀ ਹੈ, ਆ ਰਿਹਾ ਨਾ ਚਾਨਣ, ਇਸ ਤਰ੍ਹਾਂ। ਔਰ ਦੂਸਰੇ ਨੰਬਰ 'ਤੇ ਕੌਣ? ਗੁਰੂ ਨਾਨਕ ਦੇਵ ਜੀ। ਦੂਸਰੇ ਨੰਬਰ 'ਤੇ ਕੌਣ ਆ ਜੀ? ਗੁਰੂ ਨਾਨਕ ਦੇਵ ਜੀ। ਉਹ ਵੀ ਇੱਕ ਸਰੀਰ ਵਿੱਚ ਆਏ ਜੀ, ਗੁਰੂ ਨਾਨਕ ਦੇਵ ਜੀ ਸਰੀਰ ਵਿੱਚ ਆਏ, ਲੇਕਿਨ ਜਿਹੜੀ ਉਹਨਾਂ ਦੀ ਜੋਤ ਸੀ ਨਾ, ਗੁਰੂ ਨਾਨਕ ਦੇਵ ਜੀ ਦੀ ਜੋਤ, ਦੂਸਰੇ ਨੰਬਰ 'ਤੇ ਉਹ ਪ੍ਰਕਾਸ਼ ਹੈ। ਉਹ ਪ੍ਰਕਾਸ਼ ਫਿਰ ਸਟੈਪ ਬਾਏ ਸਟੈਪ ਦਸਾਂ ਗੁਰੂਆਂ ਮਹਾਰਾਜ ਤੱਕ ਉਹ ਪ੍ਰਕਾਸ਼ ਜੋ ਸਰੂਪ ਗੁਰੂ ਨਾਨਕ ਦੇਵ ਜੀ ਦਸਾਂ ਗੁਰੂਆਂ ਮਹਾਰਾਜ ਦੇ ਨਾਲ ਰਹੇ, ਠੀਕ ਹੈ। ਉਸ ਤੋਂ ਬਾਅਦ ਵੀ ਰਹੇ, ਉਸ ਤੋਂ ਬਾਅਦ ਵੀ ਰਹੇ, ਅਤੇ ਜਿੱਥੇ ਫਿਰ ਉਹ ਜੋਤ ਜੀ ਜਾਂਦੇ ਨੇ, ਉਹ ਫਿਰ ਚਾਹੁੰਦੇ ਨੇ ਵੀ ਇਹ ਜਿਹੜੀ ਜਿੱਥੇ ਛੇਜ ਦੇ ਉੱਤੇ ਉਹ ਜੋਤ ਆਉਂਦੀ ਆ, ਇਹ ਛੇਜ ਹਿੱਲੇ, ਇਹ ਛੇਜ ਹਿੱਲੇ। ਹਿੱਲਦੀ ਕਦੋਂ ਆ? ਜਦੋਂ ਬਰਾਕ ਕਰਦੇ ਨੇ, ਜਦੋਂ ਜਦੋਂ ਬਰਾਕ ਕਰਦੇ ਉਦੋਂ ਛੇਜ ਹਿੱਲ ਜਾਂਦੀ। ਉਦੋਂ ਤਾਂ ਵਾਹਿਗੁਰੂ ਜਿਹੜਾ ਮਿਲਿਆ ਹੁੰਦਾ ਨਾ, ਜਿਹਦੀ ਛੇਜ 'ਤੇ ਹੁੰਦਾ, ਉੱਤੇ ਜਾ ਕੇ ਇੰਨਾ ਹੋ ਜਾਂਦਾ ਵੀ ਕੀ ਗੱਲ ਹੋ ਗਈ ਮੇਰੇ ਪੁੱਤ ਨੂੰ, ਇਹ ਛੇਜ ਹਿੱਲੀ ਕਿਉਂ? ਉਹ ਛੇਜ 'ਤੇ ਕੌਣ ਹੁੰਦਾ ਜੀ? ਮਾਲਕ। ਕੌਣ ਹੁੰਦਾ? ਮਾਲਕ ਹੁੰਦਾ। ਅਤੇ ਉਹ ਛੇਜ ਕਿੱਥੇ ਆ ਆਪਣੇ ਸਾਰਿਆਂ ਦੇ? ਕਿੱਥੇ ਆ ਜੀ ਛੇਜ? ਨੇਤਰਾਂ 'ਚ। ਕਿੱਥੇ ਆ ਜੀ? ਨੇਤਰਾਂ ਦੇ ਵਿੱਚ। ਹੁਣ ਇਹ ਗਿਆਨ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕਰਦਾ ਐਤਵਾਰ ਨੂੰ, ਅੱਗੇ ਪਿੱਛੇ ਵੀ ਆਪਾਂ ਬਾਹਰ ਬੈਠਦੇ ਹਾਂ, ਅਤੇ ਮੈਨੂੰ ਕੋਈ ਜਣਾਉਂਦਾ ਹੀ ਹੈ ਨਾ, ਮੈਨੂੰ ਕੋਈ ਜਣਾਉਂਦਾ, ਮੈਂ ਤਾਂ ਹੀ ਕਰਦਾ। ਹੁਣ ਬੈਠੇ ਨੇ ਪੁਰਾਣੇ ਗੁਰਮੁਖ ਜਿਹੜੇ ਸੰਸਪਾਈ ਨੇ, ਅਤੇ ਇਹਨਾਂ ਨੇ ਸੁਣਿਆ ਹੋਇਆ ਪਹਿਲਾਂ, ਸਾਰਾ ਖੇਡ ਸਮਝਿਆ ਹੋਇਆ, ਅਤੇ ਹੁਣ ਇਹਨਾਂ ਨੂੰ ਪਤਾ ਵੀ ਅੰਤਰ ਕੀ ਹੈ, ਹੈਗਾ ਕੁਛ ਅੰਤਰ, ਕੁਛ ਪ੍ਰੈਕਟੀਕਲ ਦੇ ਵਿੱਚ, ਕੁਛ ਵਿਚਾਰ ਕਰਨ ਦੇ ਵਿੱਚ ਅੰਤਰ ਹੈਗਾ। ਅਤੇ ਉਹ ਅੰਤਰ ਮੇਰਾ ਦੂਰ ਜਿਹੜਾ ਕਰਦਾ, ਮੈਂ ਉਹਨੂੰ ਪਿਆਰ ਕਰਦਾ, ਮੈਂ ਉਹਨੂੰ ਪਿਆਰ ਕਰਦਾ, ਮੈਂ ਉਹਨੂੰ ਵੀ ਪਿਆਰ ਕਰਦਾ ਜਿਹਨੇ, ਜਿਹੜਾ ਮਾਲਕ ਸ੍ਰਿਸ਼ਟੀ ਦਾ ਕਰਤਾ ਹੈ, ਅਤੇ ਨੰਬਰ 2 'ਤੇ ਉਹਨੂੰ ਪਿਆਰ ਕਰਦਾ ਜਿਹਨੇ ਮੈਨੂੰ ਇਹ ਰਸਤਾ ਜਨਾਇਆ ਹੈ। ਅਤੇ ਫਿਰ ਮੈਂ ਉਹਨੂੰ ਰਿਕੁਐਸਟ ਪਾਉਣਾ ਵੀ ਤੈਨੂੰ ਮੈਂ ਗੁਰੂ ਮੰਨਿਆ, ਤੈਨੂੰ ਮੈਂ ਸਤਿਗੁਰੂ ਮੰਨਿਆ, ਅਤੇ ਅੱਜ ਮੈਂ ਕੀ ਵਿਚਾਰ ਕਰਾਂ, ਅੱਜ ਮੈਂ ਕੀ ਵਿਚਾਰ ਕਰਾਂ, ਕੋਈ ਮੈਨੂੰ ਵਿਸ਼ਾ ਦੇ, ਕੋਈ ਮੈਨੂੰ ਪੁਆਇੰਟ ਦੇ। ਅਤੇ ਵਾਹਿਗੁਰੂ ਮੈਂ ਹਜੇ ਇੰਨਾ ਹੀ ਸੋਚਿਆ ਸੀਗਾ, ਅਤੇ ਉਦੋਂ ਉਹਨੇ ਮੈਨੂੰ ਵਿਸ਼ਾ ਪੁਆਇੰਟ, ਗੁਰਬਾਣੀ 'ਚ ਪੁਆਇੰਟ ਆ ਨਾ ਵਿਸ਼ੇ ਨੇ, ਉਦੋਂ ਹੀ ਲਿਆ ਤਾ ਕਿ ਟਾਈਮ ਹੀ ਨਹੀਂ ਲੱਗਾ, ਔਰ ਪੂਰੀ ਤਰਤੀਬ ਮੇਰੇ ਚੇਨ ਦੇ ਵਿੱਚ ਸਾਰੀ ਲਿਆ ਤੀ। ਹੁਣ
ਇਸੇ ਤਰ੍ਹਾਂ ਕੱਲ੍ਹ ਅਸੀਂ ਲੁਧਿਆਣੇ ਕਥਾ ਕਰਨ ਗਏ, ਭਾਈ ਤੇਜਿੰਦਰ ਸਿੰਘ ਜੀ ਦੇ ਰਿਸ਼ਤੇਦਾਰ ਸੀਗੇ ਅਤੇ ਗੁਰਦੁਆਰਾ ਸਾਹਿਬ 'ਚ ਪ੍ਰੋਗਰਾਮ ਸੀ ਅਤੇ ਉਹਨਾਂ ਨੇ ਸਾਨੂੰ ਕਿਹਾ ਜੀ ਤੁਹਾਨੂੰ ਇੱਕ ਘੰਟਾ ਸਮਾਂ ਦੇਵਾਂਗੇ ਅਤੇ ਅਸੀਂ ਐਂ ਫੁਰਨਾ ਲਿਆ ਅਤੇ ਇੱਕ ਘੰਟੇ ਦਾ ਸ਼ਬਦ ਦਾ ਲੰਗਰ ਤਿਆਰ ਹੋ ਗਿਆ। ਸ਼ਬਦ ਦਾ ਲੰਗਰ ਮੈਂ ਮਾਲਕ ਨੂੰ ਵੇਖਿਆ ਅਤੇ ਇੱਕ ਘੰਟੇ ਦਾ ਪੂਰਾ ਲੰਗਰ ਤਿਆਰ ਹੋ ਗਿਆ। ਜਿਹੜੀ ਮੈਂ ਵਿਚਾਰ ਕਰਨੀ ਸੀ, ਮਤਲਬ ਇਹ ਵਿਚਾਰ ਸ਼ਬਦਾਂ ਦਾ ਲੰਗਰ, ਉੱਥੇ ਜਾ ਕੇ ਦਿੱਤਾ ਮੈਨੂੰ ਅੱਧਾ ਘੰਟਾ। ਹੁਣ ਮੈਂ ਲੰਗਰ ਘੰਟੇ ਦਾ ਤਿਆਰ ਕਰਕੇ ਲੈ ਕੇ ਗਿਆ ਸੀ ਅਤੇ ਹੁਣ ਅੱਧੇ ਘੰਟੇ 'ਚ ਮੈਂ ਉਹਨੂੰ ਕਿਵੇਂ ਵਰਤਾਵਾਂ? ਹੈ ਫਰਕ ਪੈਂਦਾ ਨਾ। ਫਿਰ ਮੈਂ ਵਰਤਾਉਣਾ ਵੀ ਆ, ਫਿਰ ਮੈਂ ਬਾਅਦ ਦੇ ਵਿੱਚ ਇਕੱਠਾ ਵੀ ਕਰਨਾ ਹੋਰ, ਹੈ ਨਾ, ਸਾਂਭਣਾ ਵੀ ਆ, ਹੈ ਨਾ। ਉਹ ਫਿਰ ਇਹ ਫਿਰ ਮਾਲਕ ਤਰਤੀਬ ਬਣਾ, ਫਿਰ ਮੈਂ ਯਾਦ ਕੀਤਾ ਮੈਂ ਮਹਾਰਾਜ ਵੀ ਘੰਟੇ ਦਾ ਲੰਗਰ ਸੀ ਹੁਣ ਅੱਧੇ ਘੰਟੇ 'ਚ। ਉਹ ਕਹਿੰਦਾ ਪੁੱਤ ਤੂੰ ਖੜ੍ਹ ਜਾ ਕੇ ਸਟੇਜ 'ਤੇ, ਘੰਟੇ ਵਾਲਾ ਮੈਂ ਅੱਧੇ ਘੰਟੇ 'ਚ ਕਰਾ ਦੇਵਾਂਗਾ। ਅਤੇ ਉਹਨੇ ਅੱਧੇ ਘੰਟੇ 'ਚ ਕਰਾ ਦਿੱਤਾ। ਗੁਰੂ ਦੇ ਗੱਲਾਂ ਕਰਨੀਆਂ, ਕਹਿਣਾ ਇੱਕ ਹੋ ਜਾਣਾ, ਇੱਕ ਹੋ ਜਾਣਾ, ਫਿਰ ਗੱਲ ਬਣਦੀ, ਫਿਰ ਗੱਲ ਬਣਦੀ। ਅਤੇ ਜਿਨ੍ਹਾਂ ਨੂੰ ਮੈਂ ਰਿਕੁਐਸਟ ਪਾਈ ਸੀ ਉਹ ਕੌਣ ਸੀ ਭਲਾ? ਉਹ ਸੀ ਭਾਈ ਸਾਹਿਬ ਭਾਈ ਸੇਵਾ ਸਿੰਘ ਤੁਰਮਾਲਾ। ਕਿਸੇ ਨੇ ਉਹਨਾਂ ਨੂੰ ਕੁਛ ਜਾਣਿਆ, ਕਿਸੇ ਨੇ ਕੁਛ ਜਾਣਿਆ, ਲੇਕਿਨ ਜੋ ਮੈਂ ਜਾਣਿਆ ਉਹ ਮੈਨੂੰ ਪਤਾ, ਜੋ ਕਿਉਂਕਿ ਮੈਨੂੰ ਮੌਕਾ ਬੜਾ ਮਿਲਿਆ ਉਹਨਾਂ ਦੇ ਨਾਲ ਰਹਿਣ ਨੂੰ, ਖੁੱਲ੍ਹਾ ਸਮਾਂ ਮਿਲਿਆ ਮੈਨੂੰ। ਅਤੇ ਜਦੋਂ ਖੁੱਲ੍ਹਾ ਸਮਾਂ ਮਿਲਿਆ ਤਾਂ ਫਿਰ ਮੈਂ ਜਿਹੜੀ ਮੈਨੂੰ ਰੁੱਤ ਮਿਲੀ ਸੀ, ਜਿਹੜੀ ਮੈਨੂੰ ਰੁੱਤ ਮਿਲੀ ਸੀ, ਮੈਂ ਰੁੱਤ ਸੁਹਾਣੀ ਬਣਾ ਲਈ, ਰੁੱਤ ਸੋਹਣੀ ਬਣਾ ਲਈ। ਅਤੇ ਇਹ ਰੁੱਤ ਹੁਣ ਤੁਸੀਂ ਵੀ ਮੌਕਾ ਸਾਂਭੋ ਅਤੇ ਸੋਹਣੀ ਬਣਾ ਲਓ। ਅਤੇ ਮਿਲਣਾ ਕਿਹਨੂੰ ਆ ਜੀ? ਮਾਲਕ ਨੂੰ ਮਿਲ ਗਏ ਅਤੇ ਰੁੱਤ ਸੋਹਣੀ ਹੋ ਜਾਣੀ ਤੁਹਾਡੀ, ਹੈ ਨਹੀਂ, ਸੋਹਣੀ ਰੁੱਤ ਸਮਝਦੇ ਨਾ। ਅਤੇ ਉਹਦੇ ਵਿੱਚ ਫਲ ਵੀ, ਰੁੱਤ ਦਾ ਮੇਵਾ ਵੀ ਮਿਲਦਾ, ਰੁੱਤ ਰੁੱਤ ਦਾ ਮੇਵਾ ਵੀ ਮਿਲਦਾ। ਅਤੇ ਜਿਹੜਾ ਰੁੱਤ ਤੋਂ ਬਿਨਾਂ ਮੇਵਾ ਫਲ ਖਾਈਏ ਉਹ ਟੇਸਟ ਨਹੀਂ ਦਿੰਦਾ, ਉਹ ਟੇਸਟ ਨਹੀਂ ਦਿੰਦਾ, ਉਹਨੂੰ ਕਰੁੱਤਾ ਫਲ ਕਹਿੰਦੇ ਨੇ। ਕੀ ਕਹਿੰਦੇ? ਅਤੇ ਮਾਲਕ ਆਪਾਂ ਨੂੰ ਰੁੱਤ ਰੁੱਤ ਦਾ ਮੇਵਾ ਦੇ ਰਿਹਾ। ਕਿਹੜਾ ਮੇਵਾ ਦੇ ਰਿਹਾ ਜੀ? ਰੁੱਤ ਦਾ ਮੇਵਾ ਦੇ ਰਿਹਾ। ਅਤੇ ਉਹ ਮੇਵਾ ਹੈ, ਉਹ ਫਲ ਹੈ ਅੰਮ੍ਰਿਤ ਰਸ। ਕਿਹੜਾ ਫਲ ਆ ਜੀ? ਅੰਮ੍ਰਿਤ ਰਸ। ਜਿਸ ਨੂੰ ਨਾਮ ਮਾਲਕ ਨੇ ਦੇ ਦਿੱਤਾ, ਕਿਹਨੇ ਦੇਣਾ ਨਾਮ? ਮਾਲਕ ਨੇ ਦੇਣਾ ਨਾਮ। ਜਿਸ ਨੂੰ ਮਾਲਕ ਨੇ ਨਾਮ ਦੇ ਦਿੱਤਾ ਉਹਨੂੰ ਦੁਨੀਆ ਦੇ ਸਾਰੇ ਫਲ, ਸਾਰੀਆਂ ਸੁੱਖ ਸਹੂਲਤਾਂ ਮਿਲ ਗਈਆਂ। ਕਿਹਨੂੰ ਮਿਲ ਗਈਆਂ? ਮਨ ਨੂੰ ਮਿਲ ਗਈਆਂ। ਕਿਹਨੂੰ ਮਿਲ ਗਈਆਂ ਜੀ? ਮਨ ਨੂੰ ਮਿਲ ਗਈਆਂ। ਅਤੇ ਆਮ ਤੌਰ 'ਤੇ ਆਪਾਂ ਕੀ ਕਹਿੰਦੇ ਜੀ, ਭਾਵੇਂ ਪੈਸਾ ਜਿੰਨਾ ਮਰਜ਼ੀ ਹੋਵੇ, ਜ਼ਮੀਨ ਜਾਇਦਾਦ ਜਿੰਨੀ ਮਰਜ਼ੀ ਹੋਵੇ, ਲੇਕਿਨ ਬੰਦਾ ਜਦੋਂ ਗੱਲ ਕਰਦਾ ਨਾ ਉਦੋਂ ਦੁੱਖ ਜਦੋਂ ਦੱਸਦਾ, ਉਹ ਕਹਿੰਦਾ ਜੀ ਮੈਂ ਬਹੁਤ ਦੁਖੀ ਹਾਂ, ਮੈਂ ਮਨ ਤੌਰ 'ਤੇ ਬਹੁਤ ਦੁਖੀ ਹਾਂ। ਕੋਈ ਕਹਿੰਦਾ ਜੀ ਮੇਰੇ ਧੀਆਂ ਪੁੱਤ ਆਖੇ ਨਹੀਂ ਲੱਗਦੇ, ਮੈਂ ਬੜਾ ਦੁਖੀ। ਦੇਖੋ ਹੈ ਸਾਰਾ ਕੁਛ, ਧੀਆਂ ਵੀ ਹੈਗੀਆਂ, ਪੁੱਤ ਵੀ ਹੈਗੇ ਨੇ, ਲੇਕਿਨ ਪੈਸਾ ਵੀ ਹੈਗਾ, ਜਾਇਦਾਦ ਵੀ ਹੈਗੀ ਹੈ, ਲੇਕਿਨ ਉਹ ਕਹਿੰਦਾ ਮੈਂ ਦੁਖੀ ਹਾਂ। ਅੱਛਾ, ਕਿਸੇ ਨੂੰ ਕੋਈ ਦੁੱਖ, ਕਿਸੇ ਨੂੰ ਕੋਈ ਦੁੱਖ, ਸਾਰਿਆਂ ਨੂੰ ਕੋਈ ਨਾ ਕੋਈ ਦੁੱਖ ਲੱਗਾ ਹੋਇਆ। ਅਤੇ ਜੇ ਆਪਾਂ ਚਾਹੁੰਦੇ ਹਾਂ ਵੀ ਇਹ ਸਾਰੇ ਦੁੱਖ ਮਿਟ ਜਾਣ, ਤਾਂ ਉਦੋਂ ਮਿਟਣਗੇ ਜਦੋਂ ਤੁਸੀਂ ਜੰਮਣ ਮਰਨ ਨੂੰ ਖੰਡਨ ਕਰ ਲਿਆ। ਜਦੋਂ ਜੰਮਣ ਮਰਨ ਖੰਡਨ ਕਰ ਲਿਆ, ਅਤੇ ਜਨਮ ਮਰਨ ਖੰਡਨ ਕਦੋਂ ਹੋਏਗਾ? ਨਾਮ ਵਿੱਚ ਸਮਾ ਕੇ ਮਾਲਕ ਨੂੰ ਮਿਲਣਾ, ਨਾਮ ਵਿੱਚ ਸਮਾ ਕੇ ਮਾਲਕ ਨੂੰ ਮਿਲਣਾ, ਇਹ ਆ ਰਸਤਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਬਾਣੀ 'ਚ ਦੱਸ ਰਹੇ ਨੇ, ਹਰਜਨ ਹਰ ਹਰ ਨਾਮ ਸਮਾਣੇ। ਦੇਖੋ ਧਿਆਨ ਦਿਓ ਗੁਰਮੁਖੋ, ਹਰ ਜਨ ਮਨ ਹਰਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਭਵ ਖੰਡਾਹੇ, ਅਵਿਨਾਸ਼ੀ ਪੁਰਖ ਪਾਇਆ, ਪਰਮੇਸ਼ਰ ਬਹੁ ਸੋ ਖੰਡ ਬ੍ਰਹਮਣ ਹੈ। ਅਤੇ ਇੱਥੇ ਆਪਾਂ ਸੋਭਾ ਲੋਚਦੇ ਹਾਂ ਨਾ ਵੀ ਮੇਰੀ ਵਡਿਆਈ ਹੋਵੇ ਥੋੜ੍ਹੀ ਬਹੁਤ, ਅਤੇ ਕੀ ਮਾਲਕ ਦੇ ਘਰ ਨਹੀਂ ਸੋਭਾ ਲੋਚਦੇ? ਉੱਥੇ ਜਾ ਕੇ ਨਾ ਵਡਿਆਈ ਹੋਵੇ, ਚਾਹੁੰਦੇ ਨਹੀਂ? ਉੱਥੇ ਵੀ ਚਾਹੁੰਦੇ ਹਾਂ ਨਾ। ਅਤੇ ਜੇ ਉੱਥੇ ਚਾਹੁੰਦੇ ਹੋ ਤਾਂ ਫਿਰ ਕਰਿਆ ਕਰੋ, ਵਾਹ।
गुरु करो शुरू गुरु 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 ਕਈ ਵਾਰੀ ਸਵਾਲ ਮਨ 'ਚ ਉੱਠ ਖੜਦਾ ਵੀ ਸਿਮਰਨ ਗੁਰਮੰਤਰ ਕਿਉਂ ਜ਼ਿਆਦਾ ਕਰਦੇ ਇਹ ਤਾਂ ਕਰਦੇ ਹਾਂ ਵੀ ਜਿਹੜਾ ਕਾਲ ਦਾ ਜ਼ੋਰ ਹੋਣਾ ਦੁਨੀਆ 'ਤੇ ਕਾਲ ਦੇ ਵੀ ਬੜੇ ਸੰਤ ਖੜ੍ਹੇ ਕੀਤੇ ਹੋਏ ਨੇ ਉਹਨਾਂ ਨੇ ਸੱਚ ਦੇ ਪ੍ਰਚਾਰ ਵਿੱਚ ਰੁਕਾਵਟਾਂ ਖੜ੍ਹੀਆਂ ਕੀਤੀਆਂ ਹੋਈਆਂ ਨੇ ਮਾਲਕ ਦੇ ਮਿਲਾਪ ਦੇ ਸੰਬੰਧ ਵਿੱਚ ਉਹ ਕਾਲ ਦੀ ਪਾਵਰ ਘਟੇ ਇਸ ਕਰਕੇ ਗੁਰਮੰਤਰ ਇੰਨਾ ਦ੍ਰਿੜ ਕਰੋ ਅਤੇ ਅੱਗੇ ਕਰਾਓ ਵੀ ਉਹਦੀ ਪਾਵਰ ਘਟੇਗੀ ਅਤੇ ਹੁਣ ਘਟਣੀ ਸ਼ੁਰੂ ਹੋਈ ਹੋਈ ਆ ਹੁਣ ਘਟਣੀ ਸ਼ੁਰੂ ਹੋਈ ਹੋਈ ਆ ਅਤੇ ਮਹਾਰਾਜ ਕਿਰਪਾ ਕਰੇ ਛੇਤੀ ਛੇਤੀ ਕਾਲ ਦੀ ਪਾਵਰ ਜਿਹੜੀ ਉਹ ਘਟੇ ਅਤੇ ਨਾਮ ਗੁਰਮੁਖਾਂ ਦੇ ਅੰਦਰ ਨਾਮ ਦੀ ਪਾਵਰ ਵਧੇ ਫਿਰ ਕੋਈ ਡਰ ਨਹੀਂ ਕੋਈ ਭੈ ਨਹੀਂ ਕੋਈ ਫਿਕਰ ਨਹੀਂ ਕੋਈ ਚਿੰਤਾ ਨਹੀਂ ਅਤੇ ਫਿਰ ਮਹਾਰਾਜ ਕੀ ਕਹਿੰਦੇ ਗੁਰਬਾਣੀ ਵਿੱਚ ਕਹਿੰਦੇ ਗੁਰਮੁਖ ਸੇਵਾ ਘਾਲ ਜਿਨ ਘਾਲੀ ਗੁਰਮੁਖ ਸੇਵਾ ਘਾਲ ਜਿਨ ਘਾਲੀ ਤਿਸ ਘੜੀਏ ਸ਼ਬਦ ਸੱਚੀ ਟਕਸਾਲੀ ਉਹ ਉਸ ਟਕਸਾਲ ਤੱਕ ਪਹੁੰਚ ਜਾਣਗੇ ਜਿੱਥੇ ਮਾਲਕ ਟਕਸਾਲ ਘੜ ਕੇ ਬੈਠਾ ਹੈ ਘੜੀਏ ਸ਼ਬਦ ਸੱਚੀ ਟਕਸਾਲ ਫਿਰ ਅੱਗੇ ਕੀ ਕਹਿੰਦੇ ਹਰ ਅਗੰਮ ਅਗੋਚਰ ਗੁਰ ਅਗੰਮ ਦਿਖਾਲੀ ਹਰ ਅਗੰਮ ਅਗੋਚਰ ਗੁਰ ਅਗੰਮ ਦਿਖਾਲੀ ਵਿੱਚ ਕਾਇਆ ਨਗਰ ਲੱਧਾ ਹਰ ਭਾਲੀ ਵਿੱਚ ਕਾਇਆ ਨਗਰ ਲੱਧਾ ਲੱਭਿਆ ਹਾਂਜੀ ਹਰ ਭਾਲੀ ਬਿਹਾਰੀ ਨੂੰ ਭਾਲਿਆ ਕਿੱਥੇ ਕਾਇਆਂ ਦੇ ਵਿੱਚ ਕੀ ਕਹਿੰਦੇ ਮਹਾਰਾਜ ਗੁਰਬਾਣੀ ਵਿੱਚ ਕਹਿੰਦੇ ਕਾਇਆ ਅੰਦਰ ਆਪੇ ਵਸੇ ਕਾਇਆ ਕਿਹਨੂੰ ਕਹਿੰਦੇ ਜੀ ਇੱਕ ਤਾਂ ਆਹ ਸਰੀਰ ਆ ਜੀ
ਇੱਕ ਹੋਰ ਸੂਖਮ ਸਰੀਰ ਆ। ਇਹ ਜਿਹੜਾ ਸਰੀਰ ਆ ਦਿਸਦਾ, ਇਹ ਬਿਨਸਨ ਵਾਲਾ ਹੈ। ਇਹ ਕੀ ਹੈ ਜੀ? ਇਹਨੂੰ ਦੇਹ ਨਹੀਂ ਕਿਹਾ ਗੁਰਬਾਣੀ ਵਿੱਚ, ਇਹਨੂੰ ਦੇਹ ਨਹੀਂ ਕਿਹਾ, ਇਹਨੂੰ ਗੁਰਬਾਣੀ ਵਿੱਚ ਬਦੇਹ ਕਿਹਾ। ਕੀ ਕਿਹਾ ਜੀ? ਬਿਨਸਨ ਵਾਲੀ ਆ ਬਦੇਹ। ਕਹਿੰਦੇ ਜਿਹੜੀ ਦੇਹੀ ਆ ਨਾ, ਜਿਹਦੀ ਅਸਲ ਗੱਲ ਗੁਰਬਾਣੀ ਚੱਲਦੀ ਹੈ, ਉਹ ਗੁਪਤ ਆ। ਦੇਹੀ ਗੁਪਤ ਬਦੇਹੀ ਦਿਸੈ, ਦੇਹੀ ਗੁਪਤ ਬਦੇਹੀ ਦਿਸੈ। ਵਿਦੇਹੀ ਇਹ ਦਿਸਦੀ ਹੈ, ਵਿਦੇਹੀ ਦੇਹੀ ਤਾਂ ਗੁਪਤ ਆ। ਅਤੇ ਫਿਰ ਕੀ ਕਹਿੰਦੇ? ਵਿੱਚ ਕਾਇਆ ਨਗਰ ਲੱਦਾ ਹਰ ਭਾਲੀ, ਹਮ ਬਾਰਕ ਹਰ ਪਿਤਾ ਪ੍ਰਿਤ ਪਾਲੀ। ਫਿਰ ਅੱਗੇ ਦੱਸਦੇ, ਜਨ ਨਾਨਕ ਤਾਰੋ ਨਦਰ ਨਿਹਾਲੀ। ਸੱਚੇ ਪਾਤਸ਼ਾਹ ਹੁਣ ਤਾਰੋ ਕਿੱਥੋਂ? ਭਾਵ ਸਾਗਰ ਦੇ ਵਿੱਚ, ਆਪਣੀ ਨਜ਼ਰ ਦੇ ਨਾਲ, ਦ੍ਰਿਸ਼ਟੀ ਦੇ ਨਾਲ। ਕਿਹਦੇ ਨਾਲ ਜੀ? ਦ੍ਰਿਸ਼ਟੀ ਦੇ ਨਾਲ। ਅਤੇ ਉਹ ਤੁਹਾਡੇ ਵਿੱਚੋਂ ਵੀ ਕਿਸੇ ਦੀ ਦ੍ਰਿਸ਼ਟੀ ਬਣ ਸਕਦੀ ਹੈ। ਜਿਹਦੀ ਦ੍ਰਿਸ਼ਟੀ ਤੁਹਾਡੇ 'ਚੋਂ ਬਣੇਗੀ, ਤੁਸੀਂ ਅੱਗੇ ਤਾਰ ਸਕਦੇ ਜੀ। ਕਿਉਂਕਿ ਵਰਤਣਾ ਕਿੰਨੇ ਆ? ਮਾਲਕ ਨੇ ਵਰਤਣਾ। ਕਿੰਨੇ ਵਰਤਣਾ ਜੀ? ਮਾਲਕ ਨੇ ਵਰਤਣਾ। ਅਸੀਂ ਤਾਂ ਇੱਕ ਢਾਂਚਲ ਜਾ ਕੇ ਖੜਾ ਕਰ ਦਿੰਦੇ ਹਾਂ। ਕੀ ਕਰਦੇ ਜੀ? ਤੁਸੀਂ ਵੀ ਜਦੋਂ ਪ੍ਰਚਾਰ ਕਰੋਗੇ, ਜਿਹੜੇ ਬੱਚੇ ਪ੍ਰਚਾਰ ਕਰਦੇ ਨੇ ਮਾਲਕ ਦੇ, ਉਹਨਾਂ ਨੇ ਤਾਂ ਸਿਰਫ ਢਾਂਚਾ ਖੜਾ ਕਰਨਾ ਹੈ ਅੱਗੇ ਸਟੇਜ 'ਤੇ ਜਾ ਕੇ, ਮੈਕ ਦੇ ਅੱਗੇ ਢਾਂਚਾ ਖੜਾ ਕਰਨਾ। ਅਤੇ ਫਿਰ ਟ੍ਰੇਨਿੰਗ ਦਿੱਤੀ ਹੋਈ ਬੱਚਿਆਂ ਨੂੰ, ਅਤੇ ਫਿਰ ਕਿਹਨੂੰ ਦੇਖਣਾ? ਸਾਰੀ ਸੰਗਤ ਨੂੰ ਮਾਲਕ ਦੇ ਵਿੱਚ ਦੀ ਦੇਖਣਾ। ਜਦੋਂ ਮਾਲਕ ਦੇ ਵਿੱਚ ਦੀ ਤੁਸੀਂ ਦੇਖੋਗੇ, ਫਿਰ ਤੁਸੀਂ ਆ ਢਾਂਚੇ ਦੇ ਵਿੱਚ ਜਿਹੜਾ ਤੁਹਾਡਾ ਮਨ ਬੱਚਾ, ਅਤੇ ਮਾਲਕ ਉਹਨੂੰ ਬੁੱਕਲ 'ਚ ਲੈ ਲੈਂਦਾ, ਮਾਲਕ ਉਹਨੂੰ ਆਪਣੀ ਗੋਦ ਵਿੱਚ ਲੈ ਲੈਂਦਾ। ਫਿਰ ਕਹਿੰਦਾ, ਹੁਣ ਪੁੱਤ ਤੂੰ ਇੱਥੇ ਬੈਠ, ਗੱਲ ਮੈਂ ਕਰਦਾ। ਫਿਰ ਉਹ ਵਰਤਦਾ, ਫਿਰ ਮਾਲਕ ਵਰਤਦਾ। ਹਰ ਜੀ ਬਸੇ ਸਾਦਗੀ ਰਸਨਾ, ਉਹ ਫਿਰ ਰਸਨਾ ਦਾ ਇਸਤੇਮਾਲ ਫਿਰ ਮਾਲਕ ਕਰਦਾ। ਅਤੇ ਜਿਹੜੇ ਬੱਚੇ ਸੱਚੇ ਮਨੋ ਆਪਣੀ ਸੰਗਤ ਵਿੱਚ, ਕਾਫੀ ਬੱਚੇ ਹੁਣ ਮਾਲਕ ਦੀ ਕਿਰਪਾ ਹੈ ਸੱਚ ਦਾ ਪ੍ਰਚਾਰ ਕਰ ਰਹੇ ਨੇ, ਔਰ ਸੱਚੇ ਮਨੋ ਕਰਦੇ ਨੇ, ਅਤੇ ਮਾਲਕ ਇਹਨਾਂ 'ਤੇ ਵੀ ਕਿਰਪਾ ਕਰੇ, ਇਹਨਾਂ ਦੇ ਵੀ ਰਸਨਾ ਦਾ ਇਸਤੇਮਾਲ ਆਪ ਕਰੇ, ਹੈ ਨਾ। ਅਤੇ ਦੁਨੀਆ 'ਤੇ, ਵਰਲਡ ਦੇ ਉੱਤੇ ਇਹ ਪ੍ਰਚਾਰ ਕਰਨ। ਆਉਣ ਵਾਲਾ ਭਵਿੱਖ ਇਹ ਨੇ, ਆਪਣੇ ਬੱਚੇ ਜਿਹੜੇ ਹੁਣ ਟ੍ਰੇਨਿੰਗ ਲੈ ਰਹੇ ਨੇ, ਜਿਹੜੇ ਹੁਣ ਟ੍ਰੇਨਿੰਗ ਲੈ ਰਹੇ ਨੇ, ਇਹ ਭਵਿੱਖ ਨੇ। ਮੈਂ ਵੀ ਬੱਚਾ, ਤੁਸੀਂ ਵੀ ਬੱਚੇ ਜੀ, ਪਹਿਲਾਂ ਵੀ ਜਿਹੜੇ ਪ੍ਰਚਾਰ ਕਰਦੇ ਉਹ ਵੀ ਬੱਚੇ ਨੇ ਮਾਲਕ ਦੇ, ਅਤੇ ਇਹ ਭਵਿੱਖ ਹੈ। ਕੀ ਹੈ ਜੀ? ਭਵਿੱਖ ਵੀ ਗਾਂ ਵਰਲਡ ਦੇ ਉੱਤੇ ਪ੍ਰਚਾਰ ਚੱਲਣਾ ਹੈ। ਕਿੱਥੇ ਚੱਲਣਾ ਜੀ? ਦੁਨੀਆ ਦੇ ਕੋਨੇ ਕੋਨੇ ਵਿੱਚ ਪ੍ਰਚਾਰ ਚੱਲ ਰਿਹਾ, ਪਰ ਇਕੱਲਾ ਨਹੀਂ ਕੋਈ ਕਰ ਸਕਦਾ। ਮਾਲਕ ਦੇ ਸਾਰੇ ਬੱਚੇ ਉਹ ਚੁਣ ਚੁਣ ਕੇ ਭੇਜੀ ਜਾ ਰਿਹਾ, ਹਾਂਜੀ। ਅਤੇ ਜਿਹਨਾਂ ਦੀ ਉਹ ਅੰਦਰੋਂ ਬਣਾਉਂਦਾ ਹੈ ਵਿਵਸਥਾ, ਵੀ ਮੈਂ ਵਿਚਾਰ ਕਰਨੀ ਆ, ਤਾਂ ਫਿਰ ਪੁੱਛਦਾ, ਸਿੱਖਦਾ, ਉਹ ਟ੍ਰੇਨਿੰਗ ਲੈਂਦਾ, ਟ੍ਰੇਨਿੰਗ ਲੈ ਕੇ ਆਪਣੀ ਵਿਵਸਥਾ ਬਣਾ ਕੇ ਫਿਰ ਅੱਗੇ ਆਪਣੀ ਵਿਵਸਥਾ ਤੱਕ ਉਹ ਪ੍ਰਚਾਰ ਕਰ ਸਕਦਾ। ਇਹ ਗੁਰਬਾਣੀ ਗੁਰੂ ਆਪਾਂ ਨੂੰ ਦੱਸਦੇ ਨੇ। ਸੋ ਗੁਰਮੁਖ ਪਿਆਰਿਓ, ਸਮਾਂ ਹੋ ਗਿਆ ਜੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ 'ਚੋਂ ਆਪਾਂ ਵਿਚਾਰ ਕੀਤੀ ਹੈ ਅੱਜ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਗੁਰੂ ਦੇ ਮੁਤਾਬਕ ਆਪਾਂ ਟਕਸਾਲ, ਕਿੰਨੇ ਪ੍ਰਕਾਰ ਦੀ ਜਿਹੜੀ ਉਹ ਦੱਸੀ ਗਈ ਹੈ ਟਕਸਾਲ, ਉਹ ਆਪਾਂ ਵੇਰਵਾ ਲਿਆ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ। ਗੁਰਬਾਣੀ ਗੁਰੂ ਦੀ ਵਿਚਾਰ ਕਰਦਿਆਂ ਤੋਂ ਕੋਈ ਨਾ ਕੋਈ ਗਲਤੀ ਹੋ ਜਾਂਦੀ ਹੈ, ਕੋਈ ਸ਼ਬਦ ਅੱਗੇ ਪਿੱਛੇ ਹੋ ਜਾਂਦਾ, ਕਿਉਂਕਿ ਆਪਾਂ ਕਿਹੜਾ ਜ਼ਬਾਨੀ ਵਿਚਾਰ ਕਰਦੇ ਹਾਂ। ਅਤੇ ਸੰਗਤ ਅਤੇ ਗੁਰੂ ਬਖਸ਼ਣਯੋਗ ਹੁੰਦੇ ਨੇ, ਜੇ ਸਾਡੇ ਤੋਂ ਕੋਈ ਗਲਤੀ ਹੋ ਗਈ ਹੋਵੇ ਸਾਨੂੰ ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ